गुड मॉर्निंग बच्चे, अज असीं करांगे बंदा सिंह बहादुर दीआं मुढलीआं सफलतावां दे की कारण सन। ठीक है, आपां बंदा सिंह बहादुर दीआं जिहड़ीआं जित्तां कीतीआं सी उहदे विच आपां वेख्या भी ही ते पढ़िया भी ही कि बंदा सिंह बहादुर ने जिहड़ा शुरू विच जिन्ने भी हमले कीते उहनां सारिआं विचों ने की आ जित प्राप्त कीती, पर एंड ते जिहड़ा उहदी की होगी ही हार होई, जिहड़ी आखरी विच उहदी गुरदास नंगल दी लड़ाई ही जिहदे विच बंदा सिंह बहादुर हार गिआ ही। ਇਹਦੇ ਵਿੱਚ ਆਪਾਂ ਕਰਾਂਗੇ ਕਿ ਬੰਦਾ ਸਿੰਘ ਬਹਾਦਰ ਜਿਹੜਾ ਸ਼ੁਰੂ ਵਿੱਚ ਉਹਨੂੰ ਸਿਰਫ ਜਿਹੜੀ ਸਫਲਤਾ ਹੀ ਕਿਉਂ ਮਿਲਦੀ ਰਹੀ, ਉਹਦੇ ਕੀ ਕਾਰਨ ਸਨ, ਜਾਂ ਉਹ ਸ਼ੁਰੂ ਵਿੱਚ ਜਿੱਤਦਾ ਕਿਉਂ ਰਿਹਾ, ਉਹਦੇ ਕੀ ਕਾਰਨ ਸਨ। ਸਭ ਤੋਂ ਪਹਿਲਾਂ ਹੈਗਾ ਬੱਚੇ ਸਿੱਖਾਂ ਵਿੱਚ ਜਿਹੜਾ ਧਾਰਮਿਕ ਉਤਸ਼ਾਹ, ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਪੰਜਾਬ ਵੱਲ ਜਿਹੜਾ ਤੋਰਿਆ ਸੀ, ਤਾਂ ਉਸ ਸਮੇਂ ਜਿਹੜਾ ਸਿੱਖਾਂ ਵਿੱਚ ਧਾਰਮਿਕ ਜੋਸ਼ ਸੀ ਉਹ ਮੁਗਲਾਂ ਦੇ ਅਤਿਆਚਾਰੀ ਸ਼ਾਸਨ ਨੂੰ ਖਤਮ ਕਰਨਾ ਚਾਹੁੰਦੇ ਸੀ। ਠੀਕ ਹੈ, ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਅਨੁਸਾਰ ਹਜ਼ਾਰਾਂ ਜਿਹੜੇ ਸਿੱਖ ਆ ਉਹ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਜਿਹੜਾ ਵਾ ਇਕੱਠੇ ਹੋਏ, ਅਤੇ ਜਿਹੜਾ ਵਾ ਉਹਨਾਂ ਨੇ ਮੁਗਲਾਂ ਦੇ ਅਤਿਆਚਾਰਾਂ ਦਾ ਜਿਹੜਾ ਅੰਤ ਕਰਨ ਲਈ ਜਿਹੜਾ ਵਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਸਾਥ ਉਹ ਦਿੱਤਾ ਸੀ। ਸੈਕਿੰਡ ਪੁਆਇੰਟ ਆ ਬੰਦਾ ਸਿੰਘ ਬਹਾਦਰ ਦੀ ਯੋਗ ਅਗਵਾਈ। ਬੰਦਾ ਸਿੰਘ ਬਹਾਦਰ ਇੱਕ ਬਹੁਤ ਹੀ ਕਹਿ ਲਓ ਬਹਾਦਰ ਸੈਨਾਪਤੀ ਸੀ, ਉਸਨੇ ਆਪਣੀ ਯੋਗਤਾ ਨਾਲ ਜਿਹੜਾ ਵਾ ਸਿੱਖਾਂ ਦੀ ਜਿਹੜੀ ਅਗਵਾਈ ਕੀਤੀ। ਕਹਿੰਦੇ ਜਦੋਂ ਬੰਦਾ ਸਿੰਘ ਬਹਾਦਰ ਸੈਨਾ ਵਿੱਚ ਆਪ ਮੌਜੂਦ ਹੁੰਦਾ ਸੀ, ਲੜਾਈ ਸਮੇਂ ਆਪ ਹਾਜ਼ਰ ਹੁੰਦਾ ਸੀ, ਤਾਂ ਜਿਹੜਾ ਸਿੱਖਾਂ ਵਿੱਚ ਜਾਂ ਉਹਦੀ ਸੈਨਾ ਵਿੱਚ ਜਿਹੜਾ ਉਤਸ਼ਾਹ ਭਰ ਜਾਂਦਾ ਸੀ। ਅਗਲਾ ਹੈਗਾ ਬੱਚੇ ਬੰਦਾ ਸਿੰਘ ਬਹਾਦਰ ਦਾ ਚੰਗਾ ਸ਼ਾਸਨ ਪ੍ਰਬੰਧ। ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਨੂੰ ਜਿਹੜੇ ਜਿਹੜੇ ਇਲਾਕੇ ਜਿੱਤੇ ਸੀ ਉਹਨਾਂ ਜਿੱਤਣ ਤੋਂ ਬਾਅਦ ਜਿਹੜਾ ਉੱਥੇ ਕਈ ਪ੍ਰਸ਼ਾਸਨਿਕ ਸੁਧਾਰ ਕੀਤੇ। ਉਹਨੇ ਪੰਜਾਬ ਵਿੱਚ ਜਿਹੜੀ ਜ਼ਿਮੀਂਦਾਰੀ ਪ੍ਰਥਾ ਕਿ ਜਿਹੜੇ ਵੱਡੇ ਵੱਡੇ ਜਿਹੜੇ ਕਿਸਾਨ ਜ਼ਿਮੀਂਦਾਰ ਹੁੰਦੇ ਸੀ ਉਹ ਕਿਸਾਨਾਂ ਨੂੰ ਲੁੱਟਦੇ ਸੀ, ਉਹਨਾਂ ਕੋਲ ਵੱਧ ਤੋਂ ਵੱਧ ਜਿਹੜਾ ਟੈਕਸ ਉਹ ਵਸੂਲ ਕਰਦੇ ਸੀ, ਅਤੇ ਬੰਦਾ ਸਿੰਘ ਬਹਾਦਰ ਨੇ ਜਿਹੜੀ ਇਹ ਪ੍ਰਥਾ ਨੂੰ ਹੀ ਖਤਮ ਕਰਤਾ। ਇਸ ਕਰਕੇ ਜਿਹੜਾ ਪੰਜਾਬ ਦੇ ਲੋਕਾਂ ਨੇ ਬੰਦਾ ਸਿੰਘ ਬਹਾਦਰ ਦਾ ਸਾਥ ਦਿੱਤਾ। ਤੁਹਾਨੂੰ ਬੱਚੇ ਸ਼ਾਰਟ ਕੁਐਸਚਨ ਹੀ ਪੁੱਛ ਸਕਦੇ ਆ ਕਿ ਬੰਦਾ ਸਿੰਘ ਬਹਾਦਰ ਨੇ ਕਿਹੜੀ ਪ੍ਰਥਾ ਖਤਮ ਕੀਤੀ ਸੀ? ਜ਼ਿਮੀਂਦਾਰੀ ਪ੍ਰਥਾ। ਫੋਰਥ ਪੁਆਇੰਟ ਆ ਬੱਚੇ ਬੰਦਾ ਸਿੰਘ ਬਹਾਦਰ ਦੇ ਸੂਰਵੀਰ ਸਾਥੀ ਜਾਂ ਬਹਾਦਰ ਸਾਥੀ। ਬੰਦਾ ਸਿੰਘ ਬਹਾਦਰ ਨੂੰ ਬਾਬਾ ਵਿਨੋਦ ਸਿੰਘ, ਬਾਜ ਸਿੰਘ, ਫਤਿਹ ਸਿੰਘ, ਧਰਮ ਸਿੰਘ ਅਜਿਹੇ ਜਿਹੜੇ ਯੋਗ ਅਤੇ ਬਹਾਦਰ ਸਾਥੀਆਂ ਦਾ ਜਿਹੜਾ ਸਹਿਯੋਗ ਪ੍ਰਾਪਤ ਹੋਇਆ ਸੀ। ਠੀਕ ਹੈ ਬੱਚੇ, ਕਈ ਵਾਰੀ ਪੁੱਛ ਲੈਂਦੇ ਕਿ ਬੰਦਾ ਸਿੰਘ ਬਹਾਦਰ ਦੇ ਕਿਹੜੇ ਕਿਹੜੇ ਸਾਥੀ ਸੀ, ਇਹ ਵਾਲੇ ਨਾਂ ਯਾਦ ਰੱਖ ਲੈਣੇ। ਅੱਗੇ ਬੰਦਾ ਸਿੰਘ ਬਹਾਦਰ ਦਾ ਗੁਰੂ ਗੋਬਿੰਦ ਸਿੰਘ ਜੀ 'ਤੇ ਅਟੁੱਟ ਵਿਸ਼ਵਾਸ। ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਅਤੇ ਉਸ ਦਾ ਅਟੁੱਟ ਵਿਸ਼ਵਾਸ ਸੀ, ਇਸ ਕਰਕੇ ਜੋ ਉਹ ਜਿੱਤਦਾ ਸੀ ਜਾਂ ਕਿਸੇ ਵੀ ਆਪਣੀ ਜਿੱਤ ਦੀ ਖੁਸ਼ੀ ਵਿੱਚ ਉਸਨੇ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਨਾਨਕ ਦੇਵ ਜੀ ਨਾਲ 'ਤੇ ਜਿਹੜੇ ਸਿੱਕੇ ਉਹ ਜਿਹੜੇ ਜਾਰੀ ਉਹ ਕੀਤੇ ਸੀ। ਠੀਕ ਹੈ ਬੱਚੇ, ਸਿੱਕੇ ਜਿਹੜੇ ਉਹ ਇਹਨੂੰ ਗੋਬਿੰਦ ਸ਼ਾਹੀ ਅਤੇ ਨਾਨਕ ਸ਼ਾਹੀ ਵੀ ਜਿਹੜਾ ਕਿਹਾ ਜਾਂਦਾ, ਇਹ ਵੀ ਸ਼ਾਰਟ ਕੁਐਸਚਨ ਪੁੱਛ ਲੈਂਦੇ ਆ ਕਿ ਕਿਹੜੇ ਗੁਰੂ ਦੇ ਨਾਂ 'ਤੇ ਜਿਹੜੇ ਸਿੱਕੇ ਉਹ ਜਾਰੀ ਕੀਤੇ ਗਏ ਸੀ। ਪੰਜਾਬ ਦੇ ਪਹਾੜਾਂ ਦਾ ਸਹਾਇਕ ਸਿੱਧ ਹੋਣਾ ਲਾਸਟ ਪੁਆਇੰਟ ਆ। ਬੰਦਾ ਸਿੰਘ ਬਹਾਦਰ ਦੀ ਸਫਲਤਾ ਦਾ ਮੇਨ ਕਾਰਨ ਵੀ ਇਹ ਕਿ ਬੰਦਾ ਸਿੰਘ ਬਹਾਦਰ ਜਦੋਂ ਮੁਗਲਾਂ ਨੂੰ ਹਰਾ ਲੈਂਦਾ ਸੀ, ਹਾਰਨ ਤੋਂ ਬਾਅਦ ਕੀ ਕਰ ਹਰਾਉਣ ਤੋਂ ਬਾਅਦ ਉਹ ਪਹਾੜਾਂ ਵਿੱਚ ਚਲਾ ਜਾਂਦਾ ਸੀ, ਅਤੇ ਜਿੱਥੇ ਮੁਗਲਾਂ ਨੂੰ ਬੰਦਾ ਸਿੰਘ ਬਹਾਦਰ ਨੂੰ ਲੱਭਣਾ ਜਿਹੜਾ ਮੁਸ਼ਕਲ ਹੋ ਜਾਂਦਾ ਸੀ। ਇਸ ਕਰਕੇ ਜਿਹੜਾ ਬੰਦਾ ਸਿੰਘ ਬਹਾਦਰ ਜਿਹੜਾ ਵਾ ਸ਼ੁਰੂ ਵਿੱਚ ਕੀ ਆ ਜਿੱਤ ਦਾ ਜਿਹੜਾ ਉਹ ਰਿਹਾ ਸੀ। ਥੈਂਕ ਯੂ ਬੱਚੇ।